guys, welcome back to my channel. This is Jasdeep Kaur. Hope you all are doing well. So in today's vlog we'll talk about our one day trip jo ki siga parvanuj timber tail resorts tha. Hope to see our vlog, bahut enjoy karoge. So a video no last tak zarur watch karna, dekhne liye ki assi ki ki adventurous activities kitni and assi kitna enjoy kitna. 1 2 3 4
ਕਿ ਬਹੁਤ ਜ਼ਿਆਦਾ ਟਫ ਸੀ, ਜਿੰਨੀ ਦੇਖਣ ਨੂੰ ਈਜ਼ੀ ਲੱਗ ਰਹੀ ਸੀ ਉਨੀ ਜ਼ਿਆਦਾ ਟਫ ਸੀ, ਐਂਡ ਬਹੁਤ ਜ਼ਿਆਦਾ ਮੁਸ਼ਕਿਲ ਨਾਲ ਹੋਈ ਸੀ। ਨਾ ਪਿੱਛੇ ਜਾ ਸਕਦੇ ਸੀ, ਐਂਡ ਅੱਗੇ ਤਾਂ ਜਾਣਾ ਹੀ ਸੀਗਾ, ਐਂਡ ਸਾਰੇ ਮੇਰੇ 'ਤੇ ਹੱਸ ਰਹੇ ਸੀਗੇ ਕਿ ਇਹ ਕੀ ਕਰ ਰਹੀ ਹੈ, ਲਾਈਕ ਯੂ ਕੈਨ ਸੀ ਮਾਈ ਮਦਰ, ਹੈ ਨਾ। ਔਰ ਪਤਾ ਨਹੀਂ ਬਹੁਤ ਮੁਸ਼ਕਿਲ ਨਾਲ ਹੋਈ, ਮੈਨੂੰ ਤਾਂ ਐਕਟੀਵਿਟੀ ਕਰਨ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਗਿਆ, ਐਂਡ ਫਰੋਮ ਨੈਕਸਟ ਟਾਈਮ ਮੈਨੂੰ ਨਹੀਂ ਲੱਗਦਾ ਮੈਂ ਆਹ ਵਾਲੀ ਐਕਟੀਵਿਟੀ ਕਰਾਂਗੀ। ਸਾਰੀ ਗੇਮਸ ਐਕਟੀਵਿਟੀਜ਼ ਕਰਨ ਤੋਂ ਬਾਅਦ ਅਸੀਂ ਰੈਸਟੋਰੈਂਟ ਦੀ ਤਰਫ ਗਏ, ਕਿਉਂਕਿ ਸਾਡਾ ਟਾਈਮ ਓਵਰ ਹੋ ਚੁੱਕਿਆ ਸੀ। ਆਈ ਮੀਨ ਜਿਹੜਾ ਟਰਾਲੀ ਦਾ ਟਾਈਮਿੰਗ ਹੈਗੀ ਸੀ ਉਹ ਟਿਲ 6:30 ਲਾਸਟ ਤੱਕ ਹੈਗੇ ਸੀ, ਅਤੇ ਸ਼ਾਮ ਦੇ 6 ਵੱਜ ਚੁੱਕੇ ਸੀ, ਸੋ ਸਾਡੇ ਕੋਲ ਸਿਰਫ ਹਾਫ ਐਨ ਆਵਰ ਹੈਗਾ ਸੀ। ਉਸ ਤੋਂ ਬਾਅਦ ਅਸੀਂ ਰੈਸਟੋਰੈਂਟ 'ਚ ਗਏ, ਬਾਹਰ ਨੂੰ ਜਾ ਕੇ ਅਸੀਂ ਸਾਰੇ ਪਿਕਚਰਸ ਕਲਿੱਕ ਕੀਤੀਆਂ, ਐਂਡ ਕੁਆਲਿਟੀ ਟਾਈਮ ਸਪੈਂਡ ਕੀਤਾ ਹਾਫ ਐਨ ਆਵਰ, ਵੈਦਰ ਨੂੰ ਇੰਜੋਏ ਕੀਤਾ, ਬਹੁਤ ਜ਼ਿਆਦਾ ਪਲੇਜ਼ੈਂਟ ਜਿਹਾ ਹੈਗਾ ਸੀ, ਐਂਡ ਥੋੜ੍ਹਾ ਰਿਲੈਕਸ ਕੀਤਾ ਬਿਕੋਜ਼ ਬਹੁਤ ਸਾਰੇ ਬਹੁਤ ਜ਼ਿਆਦਾ ਥੱਕ ਚੁੱਕੇ ਸੀ। ਅਤੇ ਆਊਟਡੋਰ ਹੈਗਾ, ਅਤੇ ਇੱਥੇ ਯੂਜਲੀ ਅਸੀਂ ਬਾਹਰ ਹੀ ਬੈਠਦੇ ਹਾਂ, ਐਂਡ ਸਾਡੀ ਆਲ ਟਾਈਮ ਫੇਵਰੇਟ ਪਲੇਸ ਹੈ, ਆਈ ਮੀਨ ਮੈਨੂੰ ਇੱਥੇ ਆਉਣਾ ਬਹੁਤ ਪਸੰਦ ਹੈ। ਔਰ ਬਟ ਇੱਥੇ ਦਾ ਫੂਡ ਬਿਲਕੁਲ ਵੀ ਅੱਛਾ ਨਹੀਂ ਹੈ, ਆਈ ਮੀਨ ਲਾਈਕ 4 or maximum 5 ਦਾਂਗੇ ਮੈਂ ਆਊਟ ਆਫ 10। ਬਟ ਯੈਸ, ਅਸੀਂ ਡਰਿੰਕਸ ਇੱਥੇ ਇੰਜੋਏ ਕਰ ਸਕਦੇ ਹਾਂ, ਲਾਈਕ ਸੋਫਟ ਡਰਿੰਕਸ ਵਗੈਰਾ ਜਾਂ ਜੋ ਵੀ ਤੁਹਾਨੂੰ ਕੁਛ ਪਸੰਦ ਹੈ। ਐਂਡ ਓਵਰਆਲ ਬਹੁਤ ਅੱਛਾ ਐਕਸਪੀਰੀਅੰਸ ਰਹਿੰਦਾ ਬਿਕੋਜ਼ ਆਫ ਵੈਦਰ, ਵੈਦਰ ਬਹੁਤ ਪਲੇਜ਼ੈਂਟ ਹੁੰਦਾ, ਸਨੀ ਜਿਹਾ ਹੁੰਦਾ ਜਾਂ ਕਦੀ ਕਦੀ ਹਲਕੀ ਹਲਕੀ ਡ੍ਰਿਜ਼ਲਿੰਗ ਹੋ ਰਹੀ ਹੁੰਦੀ ਹੈ। ਬਟ ਯੈਸ, ਔਰ ਉਸ ਤੋਂ ਬਾਅਦ ਅਸੀਂ ਸਭ ਨੇ ਪਿਕਚਰਸ ਕਲਿੱਕ ਕੀਤੀ, ਐਂਡ
ਫਾਈਨਲੀ ਅਸੀਂ ਵਾਪਸ ਆ ਗਏ ਐਂਡ ਸਾਡਾ ਟ੍ਰਿਪ ਬਹੁਤ ਵਧੀਆ ਰਿਹਾ ਐਂਡ ਉਸ ਤੋਂ ਬਾਅਦ ਅਸੀਂ ਪਾਰਕਿੰਗ ਦੀ ਤਰਫ ਚੱਲਣ ਲੱਗੇ ਕੁਛ ਕੈਂਡੀਜ਼ ਬਾਏ ਕੀਤੀ ਚੋਕਲੇਟਸ ਬਾਏ ਕੀਤੀ ਫੋਰ ਕਿਡਸ ਬਹੁਤ ਟਾਇਰਡ ਸੀਗੇ ਇਸ ਟਾਈਮ ਤੱਕ ਕਿਉਂਕਿ ਐਕਟੀਵਿਟੀਜ਼ ਕਾਫੀ ਜ਼ਿਆਦਾ ਕਰ ਲਿੱਤੀਆਂ ਸੀਗੀਆਂ ਫਿਰ ਅਸੀਂ ਵੇਟਿੰਗ ਚ ਗਏ ਐਜ਼ ਯੂ ਕੈਨ ਸੀ ਵੇਟਿੰਗ ਬਹੁਤ ਜ਼ਿਆਦਾ ਹਿਊਜ ਹੈ ਨਿਊ ਪਾਰਕਿੰਗ ਬਣੀ ਹੈ ਸੋ ਕੋਈ ਪ੍ਰੋਬਲਮ ਨਹੀਂ ਆਉਂਦੀ ਆ ਮਸਟ ਵਿਜ਼ਿਟ ਪਲੇਸ ਹੈ ਜੇ ਤੁਸੀਂ ਵਨ ਡੇ ਟ੍ਰਿਪ ਜਾਂ ਟੂ ਡੇ ਲਈ ਜਾਣਾ ਚਾਹੁੰਦੇ ਹੋ ਯੂ ਕੈਨ ਰੈਂਟ ਅ ਰੂਮ ਆਲਸੋ ਐਂਡ ਤੁਹਾਡਾ ਅੱਛਾ ਐਕਸਪੀਰੀਅੰਸ ਹੈਗਾ ਰਸਤੇ ਅਸੀਂ ਮੈਗੀ ਵੀ ਖਾਈ ਜੋ ਕਿ ਬਿਲਕੁਲ ਅੱਛੀ ਨਹੀਂ ਸੀ ਉਸ ਤੋਂ ਬਾਅਦ ਰਾਤ ਹੋ ਚੁੱਕੀ ਸੀ ਅਸੀਂ ਔਨ ਦੀ ਵੇ ਹਾਂ ਆਪਣੇ ਹੋਮ ਦੇ ਲਈ ਬਟ ਵੀ ਡਿਸਾਈਡਡ ਟੂ ਹੈਵ ਆਰ ਡਿਨਰ ਔਨ ਦੀ ਵੇ ਐਂਡ ਔਨ ਦੀ ਵੇ ਸਾਨੂੰ ਬਹੁਤ ਕੁਛ ਮਿਲਿਆ ਜੋ ਕਿ ਰਸਤੇ 'ਚ ਆਉਂਦਾ ਹਲਦੀਰਾਮ ਮਿਕ ਬੇਕਰ ਸਬਵੇ ਅੱਡਾ ਐਂਡ ਸੋ ਅਸੀਂ ਸਭ ਨੇ ਡਿਸਾਈਡ ਕੀਤਾ ਇੱਥੇ ਡਿਨਰ ਦਾ ਬੱਚਿਆਂ ਲਈ ਵੀ ਕਾਫੀ ਆਪਸ਼ਨ ਹੈਗੇ ਸੀ ਹੋਰ ਅਸੀਂ ਸਭ ਨੇ ਆਪਣਾ ਆਪਣਾ ਅਲੱਗ ਅਲੱਗ ਖਾਇਆ ਕਿਸੇ ਨੇ ਹਲਦੀਰਾਮ ਤੋਂ ਖਾਇਆ ਕਿਸੇ ਨੇ ਮਿਕ ਬੇਕਰਸ ਤੋਂ ਖਾਇਆ ਮੈਂ ਸਾਰੀ ਜਗ੍ਹਾ ਤੋਂ ਖਾਇਆ ਔਰ ਸਬਵੇ ਤੋਂ ਖਾਇਆ ਬਿਕੋਜ਼ ਸਬਵੇ ਇਜ਼ ਮਾਈ ਆਲ ਟਾਈਮ ਫੇਵਰੇਟ ਐਂਡ ਇੱਥੇ ਬਹੁਤ ਜ਼ਿਆਦਾ ਕਰਾਊਡ ਸੀ ਬਟ ਬਹੁਤ ਅੱਛਾ ਸੀ ਐਂਡ ਇੱਕ ਨੂੰ ਉਹਨੇ ਪਿੱਜ਼ਾ ਖਾਇਆ ਅਨਫੋਰਚੁਨੇਟਲੀ ਉਹਦਾ ਪਿੱਜ਼ਾ ਉਹਦੀ ਪੈਂਟ ਗਿਰ ਗਿਆ ਕਾਫੀ ਲਵਰ ਨੇ ਸਭ ਫਲਾਫਲ ਖਾਇਆ ਜੋ ਕਿ ਬਹੁਤ ਟੇਸਟੀ ਸੀ ਤਨਵੀਰ ਸਿੰਘ ਨੇ ਆਪਣੀ ਪੇਸਟਰੀ ਖਾਈ ਐਜ਼ ਯੂਜੂਅਲ ਮਿੱਠੇ ਦਾ ਸ਼ੌਕੀਨ ਐਂਡ ਯਾ ਦਿਸ ਇਜ਼ ਫਲਾਫਲ ਮਾਈ ਫੇਵਰੇਟ ਪਿੱਜ਼ਾ ਓਕੇ ਓਕੇ ਮਿਕ ਬੇਕਰਸ ਦਾ ਐਂਡ ਉਸ ਤੋਂ ਬਾਅਦ ਮੈਂ ਸਬਵੇ ਬਣਵਾਇਆ ਆਪਣਾ ਜੋ ਕਿ ਮੇਰਾ ਹਮੇਸ਼ਾ ਦਾ ਫੇਵਰੇਟ ਹੈ ਕਦੇ ਵੀ ਕਿੱਥੇ ਵੀ ਖਾ ਸਕਦੀ ਹਾਂ ਮੈਨੂੰ ਔਰ ਉਸ ਤੋਂ ਬਾਅਦ ਬਹੁਤ ਕੁਛ ਖਾਇਆ ਸਿਜ਼ਲਰ ਖਾਇਆ ਡੋਸਾ ਖਾਇਆ ਵਨ ਵਨ ਬਾਈਟ ਸਭ ਨੇ ਬਹੁਤ ਇੰਜੋਏ ਕੀਤਾ ਮੀਲਸ ਕਾਫੀ ਟੇਸਟੀ ਸੀ ਹਲਦੀਰਾਮ ਐਜ਼ ਯੂਜੂਅਲ ਅੱਛਾ ਹੁੰਦਾ ਮਿਕ ਬੇਕਰਸ ਵੀ ਅੱਛਾ ਹੁੰਦਾ ਉਸ ਤੋਂ ਬਾਅਦ ਬੱਚਿਆਂ ਨੇ ਥੋੜ੍ਹੀ ਸੀ ਰਾਈਡਸ ਲਿੱਤੀ ਬਹੁਤ ਸਾਰੇ ਇਸ ਟਾਈਮ ਤੱਕ ਬਹੁਤ ਸਾਰੇ ਟਾਇਰਡ ਹੈਗੇ ਸੀ ਬਸ ਥੋੜ੍ਹਾ ਜਿਹਾ ਇੱਥੇ ਇੰਜੋਏ ਕਰਕੇ ਹੀ ਆ ਲਾਸਟ ਅਸੀਂ ਕਾਫੀ ਲਵਰ ਹਾਂ ਅਸੀਂ ਸਭ ਨੇ ਕਾਫੀ ਪੀ ਫਰੋਮ ਮਿਕ ਬੇਕਰਸ ਆਲ ਟਾਈਮ ਫੇਵਰੇਟ ਹੈ ਮਿਕ ਬੇਕਰਸ ਮੇਰਾ ਵੀ ਐਂਡ ਸਭ ਦਾ ਸਪੈਸ਼ਲੀ ਕਾਫੀ ਲਈ ਬਸ ਇਸ ਟਾਈਮ ਤੱਕ ਅਸੀਂ ਬਹੁਤ ਜ਼ਿਆਦਾ ਟਾਇਰਡ ਹੋ ਚੁੱਕੇ ਸੀਗੇ ਫਿਰ ਅਸੀਂ ਵਾਪਸ ਗਏ ਵਾਪਸ ਜਾ ਰਹੇ ਹਾਂ ਜਾਣ ਤੋਂ ਪਹਿਲਾਂ ਅਸੀਂ ਪਿਕਚਰਸ ਕਲਿੱਕ ਕੀਤੀ ਐਂਡ ਥੋੜ੍ਹੀ ਸੀ ਰਾਈਡਸ ਲਈ ਸਭ ਨੇ ਬਹੁਤ ਇੰਜੋਏ ਕੀਤਾ ਈਵਨ ਵੱਡਿਆਂ ਨੇ ਵੀ ਬਹੁਤ ਸਾਰੀ ਰਾਈਡਸ ਲਈ ਐਂਡ ਬਹੁਤ ਬਹੁਤ ਜ਼ਿਆਦਾ ਇੰਜੋਏ ਕੀਤਾ ਉਸ ਤੋਂ ਬਾਅਦ ਅਸੀਂ ਬਸ ਵਾਪਸ ਅੰਬਾਲਾ ਦੀ ਤਰਫ ਘਰ ਦੀ ਤਰਫ ਗਏ ਐਂਡ ਇਟ ਟੁੱਕ ਅਸ ਅਰਾਊਂਡ 45 ਮਿੰਟਸ ਬਹੁਤ ਜ਼ਿਆਦਾ ਇਸ ਟਾਈਮ ਤੱਕ ਟਾਇਰਡ ਹੋ ਚੁੱਕੇ ਸੀ ਐਂਡ ਸਾਰਾ ਡੇ ਬਹੁਤ ਇੰਜੋਏ ਕੀਤਾ ਕੁਆਲਿਟੀ ਟਾਈਮ ਫੈਮਿਲੀ ਦੇ ਨਾਲ ਸਪੈਂਡ ਕੀਤਾ ਐਂਡ ਵਨ ਡੇ ਸਾਡਾ ਬਹੁਤ ਹੀ ਅੱਛਾ ਸਪੈਂਡ ਹੋਇਆ ਐਂਡ ਹੋਪਫੁਲੀ ਤੁਹਾਨੂੰ ਸਾਡਾ ਵਲੌਗ ਬਹੁਤ ਪਸੰਦ ਆਏਗਾ ਤੁਸੀਂ ਵੀ ਸਾਡੇ ਨਾਲ ਬਹੁਤ ਇੰਜੋਏ ਕੀਤਾ ਹੋਏਗਾ ਜੇ ਤੁਸੀਂ ਵਨ ਡੇ ਟ੍ਰਿਪ 'ਤੇ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਟਿੰਬਲ ਟ੍ਰੇਲ ਹਾਈਕਸ ਜਾਂ ਰਿਜ਼ੋਰਟ ਜ਼ਰੂਰ ਜਾਣਾ ਐਂਡ ਐਕਟੀਵਿਟੀਜ਼ ਕਰਕੇ ਆਉਣਾ ਐਂਡ ਟਰਾਲੀ ਜ਼ਰੂਰ ਲੈਣਾ ਠੀਕ ਹੈ ਥੈਂਕ ਯੂ ਟੇਕ ਕੇਅਰ ਬਾਏ ਐਂਡ ਲਾਈਕ ਕਰਨਾ ਮੇਰੀ ਵੀਡੀਓ ਨੂੰ ਐਂਡ ਸਬਸਕ੍ਰਾਈਬ ਕਰਨਾ ਚੈਨਲ ਨੂੰ ਥੈਂਕ ਯੂ ਫੋਰ ਵਾਚਿੰਗ